ਨੌਜਵਾਨ ਨੇ ਲਾਈ ਠੰਡੇ ਪਾਣੀ ਦੇ ਨਾਲ ਨਹਾਉਣ ਦੀ ਸ਼ਰਤ। ਰਾਤ ਵੇਲੇ ਭਰ ਕੇ ਰੱਖਿਆ ਸੀ ਪਾਣੀ, ਨਹਾਉਂਦੇ ਸਮੇਂ ਹੋਇਆ ਬੇਹੋਸ਼, ਲਿਜਾਣਾ ਪਿਆ ਹੌਸਪੀਟਲ, ਆਲੇ ਦੁਆਲੇ ਲਗਾਉਣੇ ਪਏ ਗਰਮ ਹੀਟਰ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਸਰਕਾਰੀ ਬੈੱਡ ਔਰ ਉਸਤੇ ਪਿਆ ਨੌਜਵਾਨ, ਜਿਸ ਨੇ ਸ਼ਰਤ ਲਗਾਈ ਸੀ ਕਿ ਉਹ ਠੰਡੇ ਪਾਣੀ ਦੇ ਨਾਲ ਨਹਾ ਕੇ ਦਿਖਾਏਗਾ। ਹਾਲੇ ਥੋੜਾ ਹੀ ਪਿੰਡੇ ਤੇ ਠੰਡਾ ਪਾਣੀ ਪਾਇਆ ਸੀ, ਇੰਨੇ ਨੂੰ ਬੇਹੋਸ਼ ਹੋ ਗਿਆ, ਬਲੱਡ ਸਰਕੂਲੇਸ਼ਨ ਦੇ ਵਿੱਚ ਦਿੱਕਤ ਆ ਗਈ, ਬੀਪੀ ਲੋ ਹੋ ਗਿਆ, ਤਾਂ ਲੋਕਾਂ ਨੇ ਇਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ। SMO ਨੇ ਕਿਹਾ ਕਿ ਜੇਕਰ ਕੋਈ ਓਲਡ ਏਜ ਦਾ ਹੁੰਦਾ ਤਾਂ ਉਸਦੀ ਜਾਨ ਚਲੀ ਜਾਣੀ ਸੀ। ਨੌਜਵਾਨ ਦੀ ਹੌਸਪੀਟਲ ਦੇ ਵਿੱਚ ਮਾਲਿਸ਼ ਕੀਤੀ ਗਈ, ਹੀਟਰ ਲਗਾਏ ਗਏ, ਤਾਂ ਕਿਤੇ ਜਾ ਕੇ ਇਹ ਹੋਸ਼ ਦੇ ਵਿੱਚ ਆਇਆ। ਮਾਮਲਾ ਭਵਾਨੀਗੜ੍ਹ ਦਾ ਹੈ, ਜਿੱਥੇ ਇਸ ਨੌਜਵਾਨ ਨੇ ਠੰਡੇ ਪਾਣੀ ਦੇ ਨਾਲ ਨਹਾਉਣ ਦੀ ਸ਼ਰਤ ਲਾਈ ਸੀ। ਇਸ ਪੂਰੇ ਮਾਮਲੇ ਦੇ ਬਾਰੇ ਦੱਸਦੇ ਹੋਏ SMO ਨੇ ਕੀ ਕਿਹਾ, ਤੁਸੀਂ ਵੀ ਸੁਣੋ। ਮੈਂ ਡਾਕਟਰ ਬਿਪਨਜੀਤ ਸਿੰਘ ਖੋਸਾ, SMO ਭਵਾਨੀਗੜ੍ਹ। ਸਰ, ਕੀ ਮਾਮਲਾ ਜਿਹੜਾ ਨੌਜਵਾਨ ਤੇ ਹੋਸ਼ ਆਇਆ ਸੀ? ਦੇਖੋ, ਨੌਜਵਾਨਾਂ ਨੇ ਸ਼ਰਤ ਲਾਈ ਕਿ ਅਸੀਂ ਠੰਡੇ ਪਾਣੀ ਨਾਲ ਨਹਾ ਕੇ, ਠੰਡੇ ਤੋਂ ਠੰਡੇ ਪਾਣੀ ਨਾਲ ਬਾਹਰ ਰੱਖ ਕੇ, ਰਾਤ ਜਿਹੜਾ ਰੱਖਿਆ ਸੀਗਾ, ਨਹਾ ਕੇ ਵੀ ਐਂ ਛਾਲਾਂ ਮਾਰਾਂਗੇ। ਪਰ ਇਸ ਕੀ ਹੋਇਆ, ਜਦੋਂ ਠੰਡੇ ਪਾਣੀ ਨਾਲ ਨਹਾਇਆ, ਬੰਦੇ ਦਾ ਬੋਡੀ ਮਾਸ ਘੱਟ ਸੀ, ਬੰਦਾ ਪਤਲਾ ਸੀ ਬਹੁਤ ਜ਼ਿਆਦਾ, ਤਾਂ ਉਹ ਬੋਡੀ ਇੱਕਦਮ ਵੈਜ਼ੋ ਕੰਸਟ੍ਰਿਕਸ਼ਨ ਚਲੀ ਜਾਂਦੀ ਹੈ। ਉਹਨੇ ਆਪਦਾ ਟੈਂਪਰੇਚਰ ਮੇਨਟੇਨ ਹੀ ਕਰਨਾ ਪੈਂਦਾ ਹੁੰਦਾ, ਬੋਡੀ ਦਾ ਆਟੋ ਰੈਗੂਲੇਸ਼ਨ ਹੈ। ਉਸ ਨਾਲ ਕੀ ਹੋਇਆ, ਜਦੋਂ ਬੋਡੀ ਨੂੰ ਠੰਡ ਲੱਗੀ, ਵੈਜ਼ੋ ਕੰਸਟ੍ਰਿਕਸ਼ਨ ਹੋਈ, ਉਹਦੀ ਰੈਸਪੀਰੇਟਰੀ ਐਫਰਟ ਘੱਟ ਗਿਆ, ਉਸ ਨਾਲ ਬੇਹੋਸ਼ ਹੋ ਗਿਆ। ਅਤੇ ਇਸ ਕਰਕੇ ਜਿੰਨੇ ਵੀ ਆਪਣੇ ਲੋਕ ਹੈ, ਖਾਸ ਕਰਕੇ ਬਜ਼ੁਰਗ, ਜਿਨ੍ਹਾਂ ਦਾ ਬੋਡੀ ਮਾਸ ਇੰਡੈਕਸ ਘੱਟ ਹੈ, ਉਹ ਘੱਟੋ ਘੱਟ ਬਾਹਰ ਨਾ ਨਿਕਲਣ, ਔਰ ਬਾਹਰ ਨਿਕਲਣਾ ਵੀ ਪੈ ਜੇ ਤਾਂ ਪੂਰੇ ਕੱਪੜੇ ਪਾ ਕੇ ਜਾਣ। ਅਗਰ ਪੂਰੇ ਕੱਪੜੇ ਨਹੀਂ ਪਾਉਂਦੇ ਤਾਂ ਉਹਨਾਂ ਨੂੰ ਦੌਰਾ ਵੀ ਪੈ ਸਕਦਾ, ਠੰਡ ਦੇ ਕਾਰਨ ਹਾਰਟ ਅਟੈਕ ਹੋ ਸਕਦਾ, ਪਾਸਾ ਖੜ ਸਕਦਾ। ਇਸ ਕੀ ਹੁੰਦਾ, ਬੰਦਾ ਠੰਡ 'ਚ ਪਾਣੀ ਨਹੀਂ ਪੀਂਦਾ। ਪਾਣੀ ਇੱਕ ਮੇਨ ਕੰਪੋਨੈਂਟ ਹੈ ਬੋਡੀ ਦਾ, ਜਿਹੜਾ ਆਪਣਾ ਖੂਨ ਦੀ ਸਰਕੂਲੇਸ਼ਨ ਅੱਗੇ ਵਧਾਉਂਦਾ ਹੈ। ਉਸ ਨਾਲ ਕੀ ਹੁੰਦਾ, ਇੱਕ ਹਾਰਟ ਅਟੈਕ ਨਹੀਂ ਹੁੰਦਾ। ਲੋਕ ਕੀ ਕਹਿੰਦੇ, ਠੰਡ 'ਚ ਪਾਣੀ ਨਹੀਂ ਪੀਂਦੇ, ਪਾਣੀ ਨਹੀਂ ਪੀਂਦੇ ਕਿ ਬਾਰ ਬਾਰ ਪਿਸ਼ਾਬ ਜਾਣਾ ਪੈਂਦਾ, ਇਸ ਕਰਕੇ ਜ਼ਿਆਦਾਤਰ ਨਹੀਂ ਪੀਂਦੇ। ਅਤੇ ਉਸ ਨਾਲ ਹਾਰਟ ਅਟੈਕ ਹੋ ਸਕਦਾ, ਖੂਨ ਗਾੜਾ ਹੋਣ ਕੇ ਪਾਸਾ ਖੜ ਸਕਦਾ, ਜਿੰਨੀ ਵੀ ਐਬਡੋਮਿਨਲਿਟੀਜ਼ ਦੌਰਾ ਪੈ ਸਕਦਾ। ਬਲੱਡ ਨੂੰ ਸਪਲਾਈ ਬ੍ਰੇਨ ਨੂੰ ਨਹੀਂ ਜਾਂਦੀ, ਬ੍ਰੇਨ ਨੂੰ ਆਕਸੀਜਨ ਜਾਣੀ ਜ਼ਰੂਰੀ ਹੈ, ਔਰ ਆਕਸੀਜਨ ਦਾ ਜਿਹੜਾ ਕੈਰੀਅਰ ਹੈ ਉਹ ਬਲੱਡ ਹੀ ਹੈਗਾ। ਇਸ ਕਰਕੇ ਸਭ ਲੋਕਾਂ ਨੂੰ ਆਹ ਹਦਾਇਤ ਦਿੱਤੀ ਜਾਂਦੀ, ਠੰਡ ਤੋਂ ਬਚਾਅ ਵਾਸਤੇ ਅੰਦਰ ਹੀ ਰਹਿਣ ਜਦ ਤੱਕ ਬਹੁਤ ਐਮਰਜੈਂਸੀ ਕੰਮ ਨਾ ਹੋਵੇ। ਘੱਟੋ ਘੱਟ ਸਵੇਰੇ 10 ਵਜੇ ਤੱਕ ਸਾਰੇ ਅੰਦਰ ਰਹਿਣ, ਜਿਨ੍ਹਾਂ ਡਿਊਟੀ ਜਾਣੀ ਹੈ ਆਪਦੀ ਡਿਊਟੀ 'ਤੇ ਪਹੁੰਚਣ। ਸਕੂਲ ਦੇ ਬੱਚੇ, ਖਾਸ ਕਰਕੇ ਜਿਹੜੇ ਬੱਚੇ ਹੁੰਦੇ ਹੈ, ਉਹਨਾਂ ਨੂੰ ਬਹੁਤ ਜਲਦੀ ਠੰਡ ਲੱਗਦੀ ਹੈ, ਨਮੂਨੀਆ ਦੇ ਚਾਂਸਿਸ, ਰੈਸਪੀਰੇਟਰੀ ਇਲਨੈਸ ਦੇ ਚਾਂਸਿਸ, ਠੀਕ ਹੈ, ਬੁਖਾਰ, ਸਾਰੀ ਜਿਹੜੀ ਓਲਡ ਏਜ, ਹਾਰਟ ਅਟੈਕ, ਪਾਸਾ ਖੜਨਾ, ਆਹ ਸਾਰੇ ਇਸਦੇ, ਲੰਗ ਡਿਜ਼ੀਜ਼, ਸਾਰੇ ਇਸਦੇ ਕੌਨਸੀਕੁਐਂਸਿਸ ਹੈਗੇ। ਹਾਂਜੀ, ਜਦੋਂ ਠੰਡਾ ਪਾਣੀ ਪਾਇਆ ਤਾਂ ਬੋਡੀ ਕੀ ਕਹਿੰਦੀ ਹੈ, ਠੰਡ ਤੋਂ ਬਚਾਅ ਵੈਜ਼ੋ ਕੰਸਟ੍ਰਿਕਸ਼ਨ ਹੋ ਜਾਂਦੀ ਹੈ, ਠੀਕ ਹੈ। ਉਹ ਜਦੋਂ ਵੈਜ਼ੋ ਕੰਸਟ੍ਰਿਕਸ਼ਨ ਹੋਈ ਤਾਂ ਰਿਫਲੈਕਸਲੀ ਬੋਡੀ ਦੇ ਹਾਰਮੋਨਸ ਰਿਲੀਜ਼ ਹੁੰਦੇ, ਉਸ ਨਾਲ ਇੱਕ ਵਾਰੀ ਇਹਦਾ ਜਿਵੇਂ ਦੌਰਾ ਪੈਂਦਾ, ਐਂ ਇਕੱਠਾ ਹੋ ਗਿਆ, ਬੋਡੀ ਮਸਲ ਕੰਟਰੈਕਟ ਕਰਕੇ ਉਹਨਾਂ ਦੌਰਾ ਪੈ ਗਿਆ, ਉਸ ਨਾਲ ਇੱਕ ਵਾਰੀ ਬੇਹੋਸ਼ ਹੋ ਗਿਆ। ਵੈਜ਼ੋ ਵੇਗਲ ਕਹਿੰਦੇ ਆ, ਡਿਊ ਟੂ ਕੋਲਡ। ਇਸ ਸਮੇਂ ਬਿਲਕੁਲ ਠੀਕ ਹੈ, ਪੂਰੀ ਹੀਟ ਹੈ, ਠੀਕ ਹੈ। ਇਹਨੂੰ ਘੰਟਾ ਦੋ ਘੰਟਾ ਘੱਟੋ ਘੱਟ ਲੱਗਣਗੇ, ਕਿਉਂਕਿ ਇੱਕ ਵਾਰੀ ਜਿਹੜੀ ਆਕਸੀਜਨ ਸਪਲਾਈ ਘਟੀ ਹੈ, ਉਹਨੂੰ ਅਸੀਂ ਆਕਸੀਜਨ ਲਾਵਾਂਗੇ, ਸਿਸਟਮ ਇਹਨਾਂ ਦੀ ਆਕਸੀਜਨ ਵੀ ਲਾਓ, ਠੀਕ ਹੈ। ਦੋ ਤਿੰਨ ਘੰਟੇ ਇਹਨਾਂ ਨੂੰ ਰੱਖਾਂਗੇ, ਜਦੋਂ ਟੈਂਪਰੇਚਰ ਨੋਰਮਲ ਹੋ ਗਿਆ, ਚਾਚੂ ਫੂਡ ਦੇ ਤਾ, ਉਲਟੀ ਨਾ ਆਈ, ਕਿਉਂਕਿ ਵੋਮਿਟਿੰਗ ਵੀ ਇਸ ਨਾਲ ਟਿਗਰ ਹੋ ਜਾਂਦੀ ਹੈ, ਸਪਾਜ਼ਮ ਚਲੀ ਜਾਂਦੀ ਮਸਲਸ।